ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖ ਰਹੇ ਹੋ ਪਾਕ ਪਤਨ ਐਨੀਮਲਸ ਟੀਵੀ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਿਆਜ਼। ਮਾਸ਼ਾਅੱਲਾ ਜਨਾਬ, ਜਿਵੇਂ ਕਿ ਦੋਸਤਾਂ ਨੂੰ ਪਤਾ, ਤੁਹਾਡੀ ਖਾਤਰ ਰੋਜ਼ ਨਵੇਂ ਤੋਂ ਨਵੀਂ ਵੀਡੀਓ ਆਉਂਦੀ ਜਨਾਬ। ਸਭ ਤੋਂ ਪਹਿਲਾਂ ਗੁਜ਼ਾਰਿਸ਼ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਨਾਲ ਹੀ ਲੱਗੀ ਹੋਈ ਘੰਟੀ ਦੇ ਬਟਨ ਨੂੰ ਦਬਾਉਣਾ ਹੈ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਸਾਡੇ ਵੀਰਾਂ ਤੱਕ ਪਹੁੰਚੇ, ਵੀਰ ਵੇਖਦੇ ਰਹਿਣ। ਅੱਜ ਜਨਾਬ 29 ਤਾਰੀਖ ਹੈ, ਬੁੱਧ ਦਾ ਦਿਨ ਹੈ, 6ਵਾਂ ਮਹੀਨਾ 2022। ਲੋਕੇਸ਼ਨ ਅੱਡਾ ਬੁੰਗਾ ਯਾਦ, ਤਹਿਸੀਲੋ ਜ਼ਿਲ੍ਹਾ ਪਾਕ ਪਤਨ ਸ਼ਰੀਫ, ਰਾਬਤਾ ਨੰਬਰ 0306-00-42-917। ਇਹ ਬਾਈ ਸ਼ਬਾਸ ਦਾ ਨੰਬਰ ਹੈ। ਅੱਜ ਵੀਰਾਂ ਵਾਸਤੇ ਨੀਲੀ ਦੇ ਬ੍ਰੈਂਡ ਜਿਹਨੂੰ ਕਹਿੰਦੇ ਨੇ ਉਹ ਲੈ ਕੇ ਆਇਆ, ਮਿੰਨੀ ਝੋਟੀ ਪਹਿਨਣ ਔਰ ਇੱਕ ਦੂਜੇ ਨੂੰ ਝੋਟੀ, ਦੋਵੇਂ ਮਾਸ਼ਾਅੱਲਾ ਸੁਣਨ ਵਾਸਤੇ ਤਿਆਰ ਹਨ। ਮੇਰਾ ਕੈਮਰਾਮੈਨ ਤਸੱਲੀ ਕਰਾਏਗਾ, ਉਸ ਤੋਂ ਬਾਅਦ ਸਾਰੀ ਗੱਲਬਾਤ ਕਰਾਂਗੇ ਬਾਈ ਸ਼ਬਾਸ ਨਾਲ। ਮਾਸ਼ਾਅੱਲਾ ਪਹਿਲੇ ਨੰਬਰ 'ਤੇ ਮਿੰਨੀ ਫੁੱਲ ਵੱਡਾ ਕੱਦ ਜਿਹਨੂੰ ਕਹਿੰਦੇ ਨੇ, ਸ਼ਬਾਸ ਬਾਈ ਨੂੰ ਬੁਲਾਉਣੇ ਹੈ ਅਤੇ ਪੁੱਛਾਂਗੇ ਸਾਰੀ ਗੱਲਬਾਤ ਜਨਾਬ ਇਹਦੀ। ਇਹ ਜਨਾਬ ਇਹਨੂੰ ਕਹਿੰਦੇ ਨੇ ਬ੍ਰੈਂਡ, ਪਹਿਲਾਂ ਹੋ ਕੇ ਜਨਾਬ ਐਡੇ ਵੱਡੇ ਕੱਦ ਔਰ ਲਿਬਾਸ ਮਾਸ਼ਾਅੱਲਾ ਵੇਖ ਕਿੰਨਾ ਪਿਆਰਾ ਬਣਾ ਰਹੀ। ਆਓ ਜੀ ਸ਼ਬਾਸ ਬਾਈ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਸਭ ਤੋਂ ਪਹਿਲੇ ਮੇਰੇ ਵੀਰਾਂ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮ ਵਾਲੇਕੁਮ ਜੀ। ਵਾਲੇਕੁਮ। ਜਿਹੜੇ ਪ੍ਰਦੇਸ਼ ਵਿੱਚ ਬੈਠੇ ਨੇ ਜਾਂ ਪਾਕਿਸਤਾਨ ਦੇ ਵਿੱਚ ਜੀ ਜੀ, ਜਿਹੜੇ ਸਾਡੇ ਚੈਨਲ ਨਾਲ ਮੁਹੱਬਤ ਪਿਆਰ ਕਰਦੇ ਨੇ, ਸਾਡਾ ਚੈਨਲ ਵੇਖਦੇ ਨੇ, ਸਾਡੀ ਵੀਡੀਓ ਮੁਕੰਮਲ ਵੇਖਦੇ ਨੇ, ਜਿਹੜੇ ਨੈ ਵੀ ਦੋਸਤ ਹਨ ਉਹਨਾਂ ਨੂੰ ਵੀ ਸਲਾਮ ਹੈ। ਸਾਰੇ ਭਾਈ ਹਨ, ਮੁਸਲਮਾਨ ਹਨ, ਅੱਲਾ ਉਹਨਾਂ ਨੂੰ ਸਿਹਤ ਦੇਵੇ, ਠੀਕ ਹੈ ਨਾ। ਬਾਹਰ ਬੈਠੇ ਨੇ ਪ੍ਰਦੇਸ਼ ਦੇ ਵਿੱਚ, ਸਾਡੇ ਅਸੀਂ ਉਹਨਾਂ ਵਾਸਤੇ ਦੁਆ ਕਰਨੇ ਹੈ, ਠੀਕ ਹੈ ਜੀ। ਆਪਣੇ ਭਰਾਵਾਂ ਵਾਸਤੇ ਗੱਲਾਂ ਨਹੀਂ, ਕੰਮ ਕਰ ਤਾਂ ਵਿਖਾਉਂਦਾ ਪਈਆਂ ਔਰ ਕੰਮ ਕਰ ਤਾਂ ਵਿਖਾ ਰਹੀਆਂ, ਮਿਸਾਲ ਤੁਹਾਡੇ ਅੱਗੇ ਹੀ ਹੈ। ਬਿਲਕੁਲ। ਤਾਰੀਫ ਰੱਬ ਦੀ ਜ਼ਾਤ ਦੀ ਹੁੰਦੀ, ਮਾਲ ਦੀ ਨਹੀਂ ਹੁੰਦੀ। ਪੈਸੇ ਨਾਲ ਚੀਜ਼ ਲੈਣੀ, ਸੋਨਾ ਤੁਸੀਂ ਦੇਣਾ, ਮੈਨੂੰ ਸੋਨਾ ਲੈਣਾ, ਰੋਜ਼ੇ ਅਸੀਂ ਲੈਣੀ, ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਅੱਲਾ ਵਾਸਤੇ ਮਾਲ ਦਿੱਤੀ ਹੈ, ਇਹ ਗਲਤ ਗੱਲ ਹੈ। ਰੋਜ਼ੀ ਲੈਣੀ ਹੈ, ਰੋਜ਼ੀ ਲਵਣ ਦਾ ਵੀ ਤਰੀਕਾ ਹੁੰਦਾ ਅੱਲਾ ਦੇ ਫਜ਼ਲ ਨਾਲ। ਇੱਡਾ ਵੱਡਾ ਕੱਦ ਕਿਸੇ ਬੰਦੇ, ਇੱਕ ਹਫ਼ਤੇ ਦਾ ਟਾਈਮ ਹੈ, ਚੈਲੇਂਜ ਨਹੀਂ, ਟਾਈਮ। ਮੇਰੇ ਭਰਾਵਾਂ, ਮੇਰੇ ਵੀਰ, ਮੇਰੇ ਦੋਸਤ, ਵੱਡੇ ਵੱਡੇ ਚੈਨਲ, ਠੀਕ ਹੈ, ਸਾਡਾ ਤਾਂ ਛੋਟਾ ਚੈਨਲ ਹੈ, ਐਡੀ ਲੰਮੀ 8 ਫੁੱਟ ਮੈਂ ਲੰਮੀ, ਪਹਿਲਣ ਅੱਲਾ ਦੇ ਫਜ਼ਲ ਨਾਲ ਪਹਿਲਣ। ਇੱਧਰ ਵੇਖ ਲੈ, ਜਿਵੇਂ ਟਿਸ਼ੂ ਪੇਪਰ ਹੁੰਦਾ, ਅੱਲਾ ਦੇ ਫਜ਼ਲ ਨਾਲ ਕੋਈ ਮੈਂ ਨੀਵੀਂ ਨਹੀਂ, ਕੋਈ ਉੱਚੀ ਨਹੀਂ, ਸਿੰਗਲ ਅੱਡੀ, ਕੰਡ ਮੈਂ ਦੀ ਤੀਰ ਸਿੱਧੀ, ਪੁੱਠਾ ਮੈਂ ਦਾ ਵਿਖਾ ਦੇ, ਬੜਾ ਪਿਆਰਾ ਲਿਬਾਸ ਮੈਂ ਅੱਲਾ ਦੇ ਫਜ਼ਲ ਨਾਲ ਪਹਿਲਣ। ਉਹ ਤਾਂ ਮਾਸ਼ਾਅੱਲਾ ਇਹ ਬਟਨ ਦੋ ਨੀਲੀ ਦੇ ਮੌਜੂਦ ਹਨ, ਸੋਹਣਾ ਥਣ ਕੱਢੀ ਜਾਂਦੀ ਹੈ, ਠੀਕ ਹੈ, ਅੱਲਾ ਦੇ ਫਜ਼ਲ ਨਾਲ। ਸੂਦ ਨਾਲ ਲਾਦੇ ਸੀ, ਇਨਸ਼ਾਅੱਲਾ ਅੱਲਾ ਮੇਰੇ ਹੁਕਮ ਨਾਲ, ਗੱਲਾਂ ਨਹੀਂ ਕਰਨੀਆਂ। ਐਡੀ ਵੱਡੀ ਪਹਿਲਣ, ਇੱਕ ਹਫ਼ਤੇ ਦਾ ਟਾਈਮ ਹੈ, ਚੈਲੇਂਜ ਨਹੀਂ, ਮੇਰੇ ਵੀਰ, ਮੇਰੇ ਭਰਾ ਹਨ, ਠੀਕ ਹੈ। ਕੋੜੀ ਦੁਨੀ ਨੂੰ ਮੈਂ ਪਾ ਕੇ, ਕੱਦ ਮੈਂ ਕੋ ਬੜੇ ਵੱਡੇ ਨੇ, ਵੀਡੀਓ ਤਾਂ ਤੇ ਨਿੱਕੀ ਲੱਗੇ ਜਾਂ ਵੱਡੀ ਹੋ, ਇੱਥੇ ਮਾਮਲਾ ਨਹੀਂ ਹੋਵੇਗਾ, ਪਾਕ ਪਤਨ ਐਨੀਮਲਸ ਟੀਵੀ 'ਤੇ ਉਹ ਕੰਮ ਨਹੀਂ ਹੋਵੇਗਾ। ਅੱਗੇ ਆ ਜਾ ਬਾਈ ਰਿਆਜ਼, ਖੋਲ੍ਹ ਕੇ ਵਿਖਾਵਾਂਗੇ ਮੇਰੀ ਜੋਟੀ ਦੇ, ਕੰਨ ਵੇਖ ਲੈ ਅਰੇ ਕਰਕ ਜੱਡੇ, ਅੱਲਾ ਦੇ ਫਜ਼ਲ ਨਾਲ ਇਹ ਮੀਨ ਹਲਦਾ ਨੇ, ਅੱਛਾ ਕਰਾਂ ਦੇ, ਇਹ ਮੀਨ ਨਹੀਂ ਹਲਦਾ, ਇੱਕ ਰੰਗ ਦੀ ਸਿਆਹ ਕਾਲੀ ਚੋਪਰੀ ਜੋਟੀ ਦੀ ਥੱਪੀ ਹੋਈ, ਦੋ ਹੱਥ ਗਰਦਨ ਲੰਮੀ, ਨਸੀਬਾਂ ਕਰੇ ਜਿਹੜੇ ਮੇਰੀ ਵੀਰ ਲਵਣਗੇ, ਇਹ ਵੇਖ ਲਓ ਇਨਸ਼ਾਅੱਲਾ, ਗੱਲਾਂ ਨਹੀਂ, ਕੱਢ ਵੀ ਜੋਟੀ ਪੁੱਛ, ਇੱਧਰ ਵੇਖ, ਇਨਸ਼ਾਅੱਲਾ ਕੋਈ ਅੱਡੀ ਦਾ ਵੀ ਤਾਂ ਨਿਸ਼ਾਨ ਤੱਕ ਨਹੀਂ ਹੋਵੇਗਾ, ਇੱਧਰ ਉੱਤੇ ਚੱਕ ਕਰਾ, ਸਾਰੀ ਮਾਂ ਜਿਲੇਗੀ, ਇੱਧਰ ਵੇਖ, ਜਿੱਥੇ ਹੱਥ ਲਾਵਾਂ ਉੱਥੇ ਚੱਕ ਕਰਾਉਣਾ, ਬੈਟਾਂ ਮੈਂ ਦੀਆਂ ਬੜੇ ਬੜੇ ਫਾਸਲੇ 'ਤੇ, ਵੀਡੀਓ ਮੁਕੰਮਲ ਵੇਖਣੀ ਹੈ, ਠੀਕ ਹੈ, ਮਿਹਨਤ ਕਰਨੀ ਹੈ। ਗਰਮੀ ਇੰਨੀ ਗਰਮੀ ਪੈ ਰਹੀ ਹੈ, ਤੁਹਾਨੂੰ ਪਤਾ ਹੈ, ਠੀਕ ਹੈ, ਸਾਡੇ ਪਸੀਨੇ ਚੈੱਕ ਕਰ ਲਓ, ਅੱਲਾ ਦੇ ਫਜ਼ਲ ਨਾਲ
ਪੈਸੇ ਅਸੀਂ ਲੈਣੇ ਨੇ, ਰੋਜ਼ੀ ਲੈਣੀ ਇਹ ਗੱਲ ਨਹੀਂ ਜੀ, ਮਿਹਨਤ ਵੀ ਕੋਈ ਚੀਜ਼ ਹੁੰਦੀ ਹੈ ਨਾ, ਦਾਣਾ ਵੀ ਤਾਉਣਾ, ਦਾਣਾ ਵੀ ਆਉਂਦੇ ਨਹੀਂ ਨਾ, 25-25 ਇਕੱਠੀਆਂ ਕਰ ਤੇ ਲੈ ਆਈਏ ਆਟੋ ਆ ਬਈ ਛੱਡ ਰੱਸੇ ਲੋੜ ਕੋਣੀ ਛੇੜਦੇ ਮਈਆਂ ਕੀ ਹੋ ਗਈ ਪੈੜਾ ਇਹ ਜੇ ਖਾਸ ਨੀਲੀ ਦਾ ਬ੍ਰਾਂਡ ਹੈਗਾ ਜਿਹੜੇ ਮੇਰੇ ਵੀਰ ਸ਼ਿਕਾਰੀ ਮਾਸ਼ਾਅੱਲਾ ਸ਼ੌਕੀਨ ਮੇਰੇ ਵੀਰ ਉਹ ਇਨਸ਼ਾਅੱਲਾ ਵੇਖ ਲਵਣਗੇ ਤੁਰੋ ਇਨਸ਼ਾਅੱਲਾ ਭਾਈ ਰਿਆਜ਼ ਗੱਲ ਖਰੀ ਦਾ ਬਈ ਰੋਜ਼ੀ ਰੱਬ ਦੇਣੀ ਹੈ ਇਨਸ਼ਾਅੱਲਾ ਏਡਾ ਵੱਡਾ ਕੱਦ ਤਸੱਲੀ ਕਰਾ ਦੇ ਪਹਿਲਾਂ ਤਾਂ ਕਰਦੀ ਇੱਥੇ ਤਸੱਲੀ ਹੋ ਜਾਵੇਗੀ ਵੀਰਾਂ ਨੂੰ ਆਪੇ ਪਹਿਲਾਂ ਕਿਹੜੀ ਵੱਡੀ ਮਾਸ਼ਾਅੱਲਾ ਜਨਾਬ ਚੱਕਰਾ ਦੇ ਪੰਡਾਂ ਦੇ ਲਿਬਾਸ ਚੈੱਕ ਕਰ ਲੈਣੇ ਮੇਰੇ ਵੀਰਾਂ ਨੇ ਨਿੱਕੀ ਨਿੱਕੀ ਸਿੰਘੀ ਮੱਥੇ ਦਲਕੀ ਦੀ ਫੁੱਲੀ ਮੈਂ ਤਾਂ ਲਿਬਾਸ ਚੈੱਕ ਕਰਾ ਅਗਲੀਆਂ ਮੰਡਾਂ ਚੈੱਕ ਕਰਾ ਅੱਲਾ ਤੂੰ ਕਹਾਉਣਾ ਮੈਂ 18 ਸ਼ੇਰੀ ਨਾ ਹੋਵੇ 100 ਦਾ ਨੋਟ ਲੈਣਾ ਆਪੇ ਮੁੜੇਗੀ ਛੱਡ ਯਾਰ ਮੈਂ ਛੱਡ ਦੇ ਹੱਥ ਨਾ ਲਾ ਮੈਂ ਸ਼ਬਾਸ਼ ਭਾਈ ਇੱਕ ਨੂੰ ਮੈਂ ਵਿਖਾ ਲੈਣ ਦਿਓ ਮੈਨੂੰ ਇਹ ਜਨਾਬ ਮੇਰੇ ਵੀਰਾਂ ਨੇ ਟੋਟਲ ਬਾਦੀਆਂ ਚੈੱਕ ਕਰ ਲੈਣੇ ਜਨਾਬ ਉਸ ਮੈਂ ਇੱਕ ਮੈਂ ਰੋਕਿਆ ਦੇ ਜੀ ਇਹ ਪਹਿਲਾਂ ਨੇ ਮੀਣੀ ਤੇ ਦੂਸਰੀ ਜਨਾਬ ਦੂਜਨ ਹੈ ਮੱਝ ਇੱਕ ਵੀ ਖਾਣੀ ਸੀ ਮੇਣੀ ਲੇਕਿਨ ਦੂਸਰੀ ਵੀ ਨਾਲ ਬਾਹਰ ਆ ਗਈ ਵੀਡੀਓ ਦੋਵਾਂ ਦੀ ਲੱਗਣੀ ਸੀ ਚਲੋ ਦੋਵੇਂ ਮੇਰੇ ਵੀਰ ਤਸੱਲੀ ਕਰ ਲੈਣ ਇਹ ਜਨਾਬ ਪੰਡਾਂ ਦੇ ਲਿਬਾਸ ਵੇਖੋ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਇਹ ਜੀ ਜੋੜਾ ਬੜਾ ਔਖਾ ਲੱਭਦਾ ਪੁਛਲ ਵੇਖ ਲੈ ਤੋੜ ਜ਼ਮੀਨ ਦੇ ਨਾਲ ਲੱਗਦੀ ਪਈ ਮੈਂ ਉਹਨੂੰ ਠਣ ਬੜੇ ਪਾਵਰ ਵਾਲੇ ਬੁੱਧਾਂ ਨਹੀਂ ਮੱਝ ਮਾਸ਼ਾਅੱਲਾ ਜਨਾਬ ਮਾਸ਼ਾਅੱਲਾ ਅੱਜ ਵਾਕਿਆ ਜੋੜਾ ਹੈ ਤੇ ਜਨਾਬ ਇਹ ਚੈੱਕ ਕਰਾ ਪਿਛਾੜ ਦਿਆ ਆ ਵੇਖ ਲੈ ਮਾਸ਼ਾਅੱਲਾ ਸਿਆਣੀਆਂ ਮੱਝਾਂ ਮਾਸ਼ਾਅੱਲਾ
ਅੱਲਾ ਦੇ ਫਜ਼ਲ ਨਾਲ ਏਡੀ ਏਡੀ ਵੱਡੀ ਮੈਂ ਤੇ ਪਹਿਲਣ ਸਾਫ ਸੁਥਰੀਆਂ ਮੱਝਾਂ ਨਸਲ ਜ਼ਾਤਾਂ ਵਾਲੀਆਂ ਅਗਰ ਮੱਝਾਂ ਪਿਓਰ ਦਰਿਆ ਦੇ ਮਣ ਦੇ ਉੱਤੋਂ ਨਾ ਆਈਆਂ ਹੋਵਣ ਇੱਕ 100 ਦਾ ਨੋਟ ਨਹੀਂ ਲੈਣਾ ਪਾਣੀ ਪੀਣ ਦਾ ਇੱਥੋਂ ਪਿੱਛੇ ਹਾਲੇ ਬਾਅਦ ਚੈੱਕ ਕਰਾ ਇਹ ਜੇ ਕਲਿੱਪ ਲੱਭਿਆ ਨਹੀਂ ਲੱਭਦੇ ਮੀਣੀਆਂ ਨਹੀਂ ਲੱਭਦੀਆਂ ਬੂਰੀਆਂ ਰੱਸੀਆਂ ਮੀਣੀਆਂ ਬੜੀਆਂ ਔਖੀਆਂ ਨੇ ਚੈੱਕ ਕਰਾ ਦੇ ਮੇਰੀ ਚੋਟੀ ਦੇ ਕੰਨ ਅੱਲਾ ਦੇ ਫਜ਼ਲ ਨਾਲ ਅਰਕ ਨਾਲ ਲਾ ਤੇ ਚੈੱਕ ਕਰ ਲੈ ਜੇ ਪੂਰੇ ਬਰਾਬਰ ਨਾ ਆਵਣ ਤਾਂ ਅਗਲੇ ਸਾਈਡ ਦੇ ਵੰਡਾ ਚੈੱਕ ਕਰਾ ਮੀਣੀ ਦੀਆਂ ਉਹਦੀ ਮੈਂ ਚੈੱਕ ਕਰਾ ਚਲੋ ਇਹ ਜਨਾਬ ਬੰਦਾ ਚੈੱਕ ਕਰ ਲੈਣੀਆਂ ਮੇਰੇ ਵੀਰਾਂ ਨੇ ਨਾਲ ਥਾਣ ਭਾਈ ਰਿਆਜ਼ ਮਾਸ਼ਾਅੱਲਾ ਜਨਾਬ ਤੇ ਮੂੰਹ ਵੀ ਗਾਲਬਨ ਛਿੱਕੀ ਹੋਣੀ ਹੈ ਪਾਵਰ ਵਾਲਾ ਮੋਟਾ ਥਾਣ ਮੁੱਠ ਪਰ ਮਾਸ਼ਾਅੱਲਾ ਮੀਣੀ ਲੱਗਾ ਹੋਇਆ ਰਿਆਜ਼ੇ ਅੱਧਾ ਘੰਟਾ ਲੱਗ ਜਾਣਾ ਹੀ ਮੈਂ ਇਹੀ ਜਈ ਹੈ ਅੱਜ ਮੇਰੇ ਭਰਾ ਦਰਸ਼ਨ ਕਰਾਂਗੇ ਅੱਲਾ ਦੇ ਫਜ਼ਲ ਨਾਲ ਮੈਂ ਪਿੱਛੂ ਬੜੀ ਪਲਵਾਨ ਮੈਂ ਅੱਗੋਂ ਮੈਂ ਇੰਜ ਜਿਵੇਂ ਅੱਲਾ ਦੇ ਫਜ਼ਲ ਮਤਲਬ ਗਿਲਾਸ ਦੇ ਵਿੱਚ ਬੂਥੀ ਨਾਲ ਪਾਣੀ ਪਵਾ ਲੈ ਗੱਲਾਂ ਨਹੀਂ ਅੱਲਾ ਦੇ ਫਜ਼ਲ ਨਾਲ ਕੋੜੀ ਦੁਨੀ ਤੂੰ ਸਾਫ ਏਡੀ ਵੱਡੀ ਨਵਾਂ ਮੱਝ ਤੇ ਜੋਟੀ ਬੜੀਆਂ ਔਖੀਆਂ ਮਿਲਦੀਆਂ ਨੇ ਮਾਸ਼ਾਅੱਲਾ ਮੂੰਹ ਦੀ ਸਹੂ ਇਹ ਚੈੱਕ ਕਰਾ ਦੇ ਇਹ ਕਣੀਆਂ ਵਾਲੇ ਦੰਦ ਛੋਟੇ ਨੇ ਇਹ ਚੈੱਕ ਕਰਾ ਰਿਹਾ ਛਿੱਗੀ ਇਹ ਛਿੱਗੀ ਮੱਝ ਚੈੱਕ ਕਰਾ ਦੇ ਅੱਲਾ ਦੇ ਫਜ਼ਲ ਨਾਲ ਉੱਥੇ ਹੋ ਜਾ ਦੂਈ ਮੈਂ ਸਲੀ ਕਰਾਉਣੀ ਮੈਂ ਅੱਗੇ ਚਲੀ ਜਾਵੀ ਤੂੰ ਮੀਣੀ ਦਾ ਬਕਾਇਰਾ ਕਿ ਤੈਨੂੰ ਸਕੂਨ ਆ ਰਹੀ ਹੈ ਦੂਈ ਵਿਖਾਣੀ ਮਜ਼ਾ ਆ ਰਹੀ ਹੈ ਜੀ ਮਾਸ਼ਾਅੱਲਾ ਚੀਜ਼ ਹੀ ਕਮਾਲ ਦੀ ਅੱਛਾ ਇਹ ਦੂਸਰੇ ਨੰਬਰ ਤੇ ਹੈਗੀ ਜੇ ਮਾਤੇ ਦੂਸਰੇ ਨੰਬਰ ਤੇ ਜਿਹੜੀ ਮੈਂ ਮੀਣੀ ਦੇ ਪਿੱਛੇ ਗਈ ਆ ਜੀ ਜੀ ਮੇਰੀਆਂ ਮੱਝਾਂ ਇੱਕ ਮੱਝ ਛੱਡ ਦੇ ਦੂਈਆਂ ਕਿੰਨੀਆਂ ਮਰਜ਼ੀ ਖਲੀਆਂ ਉਹ ਨਹੀਂ ਇਹਨੂੰ ਛੱਡ ਦੇ ਇਹਨੂੰ ਛੱਡ ਦੇ ਅਗਰ ਮੈਂ ਇੱਕ ਦੂਏ ਨੂੰ ਛੱਡ ਤੇ ਵਗ ਜਾਵੇ ਮੈਂ ਫਰੀ ਦੇਵਾਂਗਾ ਮਾਸ਼ਾਅੱਲਾ ਜਨਾਬ ਮਾਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਇਹ ਮੇਰਾ ਐਲਾਨ ਹੈ ਇਹ ਜਨਾਬ ਪੰਡਾਂ ਦੇ ਲਿਬਾਸ ਮੱਝ ਕੋਲ ਮੌਜੂਦ ਹੈ ਜਨਾਬ ਅਲੀ ਮਾਸ਼ਾਅੱਲਾ ਸੂਨ ਦਾ ਪਤਾ ਤੱਕ ਨਹੀਂ ਇਹ ਦੋ ਬਟਾ ਲੱਗੇ ਜੀ ਜੀ ਇਹਨੂੰ ਦੋਹਾਂ ਦੇ ਬਰਾਬਰ ਨੀਲੀ ਦਾ ਇੱਕੇ ਇਲਾਕੇ ਦੀਆਂ ਇੱਕੇ ਨਸਲ ਜ਼ਾਤ ਦੀਆਂ ਇਹ ਚੱਕ ਕਰਾ ਲੈ ਮਾਸ਼ਾਅੱਲਾ ਪੂਰਾ ਸੋਹਣਾ ਲਿਬਾਸ ਹੈ ਬਾਈ ਰਿਆਜ਼ ਕੋਈ ਵਾਹ ਨਹੀਂ ਕੋਈ ਕੁਛ ਨਹੀਂ ਖਾਲਸ ਦੁੱਧ ਲਵਾਨਾ ਹੈ ਅੱਲਾ ਦੇ ਫਜ਼ਲ ਨਾਲ ਇੱਧਰ ਵੇਖ ਲੈ ਮੱਝਾਂ ਦੀ ਚੁਆਈ ਇਹਨੂੰ ਆਹ ਤੇ ਨਹੀਂ ਚੁਆਈ ਮਾਸ਼ਾਅੱਲਾ ਜੀ ਮਾਸ਼ਾਅੱਲਾ ਬੋਲੇ ਦੇ ਵਿੱਚ ਹੀ ਮੱਝ ਇਵੇਂ ਰਿਆਜ਼ ਇੱਕ ਟੋਟਲ ਬਾਲਟੀ ਚੈੱਕ ਕਰਾਂ ਦਾ ਇੱਥੇ ਲੈ ਮੀਨੂੰ ਇਹ ਚੱਕ ਕਰਾ ਭੀੜ ਤੇ ਕੱਠਾਂ ਦੇ ਵਿੱਚ ਨਹੀਂ ਲਾਈ ਖਲੀ ਤੇ ਗੱਲ ਕਰ ਦੇ ਬਿਲਕੁਲ ਬਰੀਕ ਗਰਦਨ ਗੱਟ 60 ਤੇ ਪੂਰਾ ਆਇਆ ਮੈਂ ਸਾਫ ਕੋੜੀ ਦੋ ਬੜਾ ਪਾਵਰ ਵਾਲਾ ਜਨਾਬ ਤੇ ਬੜਾ ਘੱਟ ਥਾਣੇ ਮਿਲਦਾ ਹੈ ਮਾਸ਼ਾਅੱਲਾ ਜਿਹੜਾ ਇਸ ਜੋਟੀ ਨੂੰ ਲੱਗਾ ਹੋਇਆ ਫੱਟੇ ਵਾਲਾ ਲਿਬਾਸ ਮਾਸ਼ਾਅੱਲਾ ਇਨਸ਼ਾਅੱਲਾ ਭਾਈ ਰਾਜ ਜਿਹੜਾ ਮੇਰਾ ਵੀਰ ਭਰਾ ਲੈ ਜਾਵੇਗਾ ਮਿਹਨਤ ਮੈਂ ਅੱਜ ਹੀ ਲੈਣੀ ਹੈ ਇਨਸ਼ਾਅੱਲਾ ਉਹ ਆਦੇ ਭਰਾਵਾਂ ਕੋਲ ਲੜ ਜਗ੍ਹਾ ਤੇ ਵੀ ਲਾਵਾਂਗਾ ਉਹਦੇ ਤੋਂ ਰਵਾ ਨਹੀਂ ਮੱਝਾਂ ਕੱਢ ਕੇ ਦੇਵਾਂਗਾ ਜਿਹਨਾਂ ਨੂੰ ਮੱਝਾਂ ਕਹਿੰਦੇ ਨੇ ਦਾਗਾਂ ਦੇ ਪੈਸੇ ਆਪਾਂ ਨਹੀਂ ਮੰਗਣੇ ਇਨਸ਼ਾਅੱਲਾ ਅੱਛਾ ਕਰਾ ਦੇ ਮੱਝਾਂ ਮੇਰੀਆਂ ਬੇਮੁੱਲੀਆਂ ਨੇ ਆਦੇ ਭਰਾਵਾਂ ਨੂੰ ਰੇਟ ਦੇਵਾਂਗਾ ਇਰਾਨ ਤੇ ਪਰੇਸ਼ਾਨ ਹੋ ਗਏ ਕੋਈ 5.5 ਨਹੀਂ ਤੇ ਕੋਈ ਕੁਛ ਨਹੀਂ ਰੇਟ ਵੀ ਜਦ ਇਹਨੂੰ ਫਿਰ ਵਿਖਾ ਲੈ ਰਿਆਜ਼ ਤੂੰ ਇੱਧਰ ਕੈਮਰਾ ਲਿਆਣਾ ਯਾਰ ਅੱਛਾ ਸ਼ਬਾਸ਼ ਭਾਈ ਕਰੋ ਪਹਿਲੇ ਮਿਣੀ ਦਾ ਕਰੋ ਮੈਂ ਜੋਠੀ ਦੇ ਨਾਲ ਖੜਾ ਜੀ ਜੀ ਮਾਡੇ ਨਾਲ ਖੜਾ ਜੀ ਠੀਕ ਹੈ ਇਨਸ਼ਾਅੱਲਾ ਚੈਲੰਜ ਨਹੀਂ ਕਿਸੇ ਨੇ ਕਰਨਾ ਨਾ ਅੱਜ ਤੇ ਕੀਤਾ ਜੀ ਜੀ ਸਾਰੇ ਸਾਡੇ ਵੀਰ ਹਨ ਭਰਾ ਹੈਗੇ ਨੇ ਅੱਛਾ ਕੰਮ ਕਰ ਰਹੇ ਠੀਕ ਹੈ ਸਾਡਾ ਕੋਈ ਕਿਸੇ ਨਾਲ ਮੁਕਾਬਲਾ ਨਹੀਂ ਹੈ ਇਹ ਅੱਲਾ ਦਾ ਮਾਲ ਹੈ ਠੀਕ ਹੈ ਭਾਈ ਰਾਜ ਜੀ ਜੀ ਗੱਲ ਕਰੀਏ ਡਿਮਾਂਡ ਦੀ ਹਾਂ ਪਹਿਲਾਂ ਦਾ ਰਿਕਾਰਡ 17 ਤੋਂ 18 ਲੀਟਰ ਪਹਿਲੇ ਨੰਬਰ ਤੇ ਮਿਨੀ ਵਿਖਾਈ ਹੈ ਮਿਨੀ ਦਾ ਪਹਿਲੇ ਕਰੋ ਮਿਨੀ ਬੜੇ ਚੰਗੇ ਘਰ ਦੀ ਮੱਝ ਹੈ ਯਾ ਕਿਤੇ ਧਿਆਨ ਨਹੀਂ ਅੱਛਾ ਜੀ ਭਾਈ ਰਾਜ ਬੜੇ ਚੰਗੇ ਘਰ ਦੀ ਮੱਝ ਹੈ ਇਨਸ਼ਾਅੱਲਾ ਅੱਲਾ ਉਹਦੇ ਨਸੀਬਾਂ ਦੇ ਕਰੇ ਜਿਹੜਾ ਮੇਰਾ ਵੀਰ ਬਰਾਲ ਲੈ ਤੇ ਜਾਵੇ ਜੀ ਜੀ ਬਿਲਕੁਲ ਠੀਕ ਹੈ ਨਾ ਇਨਸ਼ਾਅੱਲਾ
ਜੋਟੀ ਕੰਮ ਕਰੇਗੀ ਜਿਹਨੂੰ ਕੰਮ ਕਹਿੰਦੇ ਨੇ। ਦਿਨ ਕਿੰਨੇ ਕੱਢੇਗੀ? ਅੱਲਾ ਦੇ ਫਜ਼ਲ ਮਾਲਕਾ ਸਾਨੂੰ ਕਹੇ 12 ਤੋਂ 14 ਦਿਨ। ਹਾਂਜੀ ਅਗਾ ਬਾਈ ਅੱਲਾ ਦੀ ਜ਼ਾਤ ਨੂੰ ਪਤਾ ਮੈਂ ਦੇ ਆਹ ਦਾ ਦੇ ਆਲੇ ਦੇ ਆ ਇਹਦੀ ਡਿਮਾਂਡ ਕਰੋ। ਦੋ ਦੇ ਹੇਠਾਂ ਉਤਾਂ ਵੀ ਉਹਦੇ ਦੀ ਹਦੀਸ ਨਹੀਂ ਹੁੰਦੀ। ਹਾਂਜੀ ਡਿਮਾਂਡ ਮੈਂ ਦੀ ਦਿਲ ਤਾਂ ਮਰਦਾ ਮੇਰਾ ਕਰਦਾ ਦੋਵਾਂ ਦੀ 10.5 ਲੱਖ ਲਾ ਦੇਵਾਂ। ਬਾਰਨ ਨਹੀਂ ਕੱਪੜੇ ਨਹੀਂ ਲਾਣੇ ਆਪਾਂ ਮਾਲ ਵੇਚਣਾ ਜਾਇਜ਼ ਰੋਧੀ ਕਿਰਾਏ ਬੜੇ ਪੈਂਦੇ ਪੈਣੇ 40-50 ਹਜ਼ਾਰ ਰੁਪਈਆ। ਜੀ ਜੀ ਬਿਲਕੁਲ ਠੀਕ ਹੈ। 4,30,000 ਰੁਪਈਆ 4,30,000 ਇਹਦੀ ਜੋਟੀ ਦਾ 4-30 ਕੋ ਲਾ ਦੇਵੇ ਮੈਂ ਜੋਟੀ ਫ੍ਰੀ ਘਰੇ ਛੱਡ ਦੇਵਾਂਗਾ। ਲਓ ਜਨਾਬ 4,30,000 ਰੁਪਈਆ ਮਿਨੀ ਦੀ ਡਿਮਾਂਡ ਹੈ ਜਨਾਬ ਔਰ ਫੁੱਲ ਵੱਡਾ ਕੱਦ ਏਡਾ ਵੱਡਾ ਕੱਦ ਪਹਿਲਾਂ ਹੋ ਗਿਆ ਜੀ ਜੀ। ਮੌਕੇ ਤੇ ਆ ਤੇ ਕੋਈ ਕੱਦ ਛੋਟਾ ਕਰ ਦੇਵੇ ਜਿੰਨਾ ਮੈਨੂੰ ਬਿਆਨਾ ਕਰਾਵੇ ਅਗਰ ਮੈਂ ਉਹਨਾਂ ਬਿਆਨਾ ਵਾਪਸ ਨਾ ਕਰਾਂ ਤੇ ਮੈਨੂੰ ਕਵੇ ਸ਼ਬਾਦ ਨਹੀਂ। 4,30,000 ਰੁਪਈਆ ਜਨਾਬ ਮੀਨੀ ਜੋਟੀ ਦੀ ਇਨਸ਼ਾਅੱਲਾ ਡਿਮਾਂਡ। ਚਲੋ ਜੀ ਸ਼ਬਾਸ ਭਾਈ ਇਹਦੀ ਕਰੋ। ਇੱਧਰ ਆ ਜਾ। ਹਾਂਜੀ ਪਹਿਲਾਂ ਦਾ ਰਿਕਾਰਡ 12-13 ਤੋਂ 14 ਕਿਲੋ ਦੀ ਹੈ ਜੀ ਜੀ। ਮੱਝ ਨੇ ਇਸ ਵਾਰੀ ਸੰਭੀ ਹੋਈ ਹੈ ਨਸਲ ਜ਼ਾਤ ਵਾਲੀ ਹੈ ਮੈਂ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਜੀ 18 ਗੜੀਆਂ ਦੁੱਧ ਕਰੇਗੀ। ਚਰਾਈ ਵਾਲੀ ਮੱਝ ਹੈ ਜਿੱਥੇ ਮਰਜ਼ੀ ਛੱਡ ਦੇ ਖਾ ਪੀ ਤੇ ਘਰ ਆ ਜਾਵੇਗੀ ਅੱਲਾ ਦੇ ਫਜ਼ਲ ਨਾਲ। ਅੱਛਾ ਜੀ ਮੈਂ ਰਜਨ ਆਣੀ ਹੈ ਬਸ ਕਰੋ ਇਹਦੀ ਕਰੋ ਜੀ ਡਿਮਾਂਡ। 4,25,000 ਰੁਪਈਆ 4,25,000 ਰੁਪਈਆ ਦੂਸਰੇ ਨੰਬਰ ਵਾਲੀ ਜੋਟੀ ਦੀ ਡਿਮਾਂਡ ਔਰ ਮੀਨੀ ਦੀ 4,30,000 ਰੁਪਈਆ। ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਮੁਹੱਬਤਾਂ ਵਾਲੇ ਕਮੈਂਟ ਇਹ ਜਨਾਬ ਲਾਜ਼ਮੀ ਕਰਨੇ ਨੇ। ਇਹੋ ਜਿਹੇ ਅਨਮੋਲ ਹੀਰੇ ਪਾਕ ਪਤਨ ਐਨੀਮਲਸ ਟੀਵੀ ਪੂਰੀਆਂ ਮਿਹਨਤਾਂ ਕੋਸ਼ਾਂ ਕਰਕੇ ਵੀਰਾਂ ਵਾਸਤੇ ਲੈ ਕੇ ਆਉਂਦਾ ਹੈ। ਹਾਂਜੀ ਬਿਲਕੁਲ ਨਜ਼ਰ ਨਹੀਂ ਆਵੇਗੀ ਜੋਟੀ ਦੇ ਉੱਪਰੋਂ ਇਸ ਨਾਲ ਹੀ ਆਪਣੇ ਮੇਜ਼ਬਾਨ ਮੁਹੰਮਦ ਰਿਆਜ਼ ਨੂੰ ਦਿਓ ਇਜਾਜ਼ਤ। ਮਿਲਾਂਗੇ ਇਨਸ਼ਾਅੱਲਾ ਇੱਕ ਨਈ ਔਰ ਬਿਹਤਰੀਨ ਵੀਡੀਓ ਦੇ ਨਾਲ। ਦੋਸਤਾਂ ਦੀ ਖਿਦਮਤ ਵਿੱਚ ਅੱਲਾ ਹਾਫਿਜ਼।